ਹੁਣ ਕਹਿ ਦੀਆਂ ਫਿਲਹਾਲ ਬੜੀ ਭੁੱਖ ਲੱਗੀ ਨਹੀਂ ਸਲਾਹ ਕੋਈ ਨਾ ਫ੍ਰੀਜ ਮੂੰਹ ਮਾਰੀ ਚਾਟ ਇੱਕ ਨਹੀਂ ਲੱਗੀ ਕਣੇ ਇੱਥੇ ਰੁਕੋ ਮਾਸ਼ਾ ਵੇਖੋ ਮੇਰਾ ਇੱਕੋ ਇੱਕ ਤੀਲੀ ਹੈ ਜਿਹੜੀ ਬਲੀ ਤੇ ਬਲੀ ਨਾ ਬਲੀ ਤੇ ਫਿਰ ਪਤਾ ਨਹੀਂ ਕਿਆ ਕਰਨਾ ਅੱਗ ਮਸਾਂ ਹੀ ਬਲੀ ਹੈ ਚਾਟ ਉੱਤੇ ਰੱਖ ਲੈਂਦੇ ਹਾਂ ਨਾ ਚਾਟ ਉੱਤੇ ਰੱਖ ਲਈ ਇਹਨੂੰ ਕਿਸੇ ਹੋਰ ਚਾਹੀਏ ਗਰਮ ਕਰਾਂ ਇਹਦੇ 'ਚ ਗਰਮ ਕਰਾਂ ਲਓ ਜੀ ਚਾਟ ਤਾਂ ਬੜੀ ਵੱਲ ਬਣ ਗਈ ਜੀ ਹੁਣ ਕੀ ਪਸੰਦ ਹੈ ਚਾਟ ਵਿੱਚ ਮੈਨੂੰ ਤਾਂ ਪਸੰਦ ਹੈ ਮੇਰੀ ਸਿਹਤ ਦਾ ਰਾਜ਼ ਵੀ ਹੈ ਜੀ ਤਾਂ ਵੇਖੋ ਫਿਟੇ ਹਾਂ ਸੋਰ ਬਣੇ ਹੁਣ ਸ਼ੱਕ ਹੀ ਗਰਮ ਵਾਹ ਹੀ ਹੋਊਗੀ ਜੀ ਹੁਣ ਪਟਾਕੇ ਮਾਰ ਦਈਏ ਵਾਂਗ ਤਾਂ ਹੋ ਗਈ ਹੈ ਗਰਮ ਹੁਣ ਇਹਨੂੰ ਪਤਾ ਨਹੀਂ ਚਲਾਈ ਨਾ ਰੱਖਣੀ ਟਾਈਮਿੰਗ ਇਹਦੀ ਕਿੰਨੀ ਰੱਖਣੀ ਮਿੰਟ ਸਾਰਾ ਬਤੇਰੀ ਇਹ ਆਈ ਤਾਂ ਠੀਕ ਹੈ ਚਲੋ ਜੀ ਲਾਹ ਡੇਢ ਦਾ ਪਾਉ ਲਈ ਦਾਲ ਠੰਡਾ ਮਠਾਰ ਹੋ ਗਈ ਲੱਭ ਗਈ ਮਾਚਿਸ ਮੇਰੇ ਅੱਧੇ ਚਾਵਲ ਖਾ ਗਿਆ ਕੋਈ ਫਟਾਫਟ ਕਰੋ ਯਾਰ ਪਲੇਟਾਂ ਫਟ ਫਟਾਫਟ ਦਾਲ ਦੀ ਬੁੱਤੀ ਨਿਕਲਦੀ ਹੈ ਮੈਨੂੰ ਇਹ ਨਹੀਂ ਲੱਗਦਾ ਬਾਕੀ ਚਾਵਲ ਤੇ ਉਹ ਵੀ ਨਾਲ ਹੀ ਜੁੜਦੇ ਨੇ ਪੁੱਜਦੇ ਨਿਕਲਦੀ ਜੇ ਕਾਕਾ ਉਹ ਤਵਾ ਹੀ ਚੱਲਦਾ ਚੁੱਕ ਕੇ ਪਰ ਅਜੇ ਮੈਨੂੰ ਨਹੀਂ ਲੱਗਦਾ ਪਿਆ ਗਰਮ ਹੋਈ ਸਹੀ ਅੱਛਾ ਕੁਆਟਰ ਵਾਲੀ ਤੇ ਹੋਈ ਦਿਮਾਗਾ ਵੀ ਉਹ ਬੋਲ ਬੋਲ ਕੇ ਦਿਮਾਗੇ ਛੁੱਟ ਚੱਲੇ ਤੇ ਅਜੇ ਮੈਂ ਆਹਣਾ ਪਿਆ ਗਰਮ ਹੋਈ ਹੈ ਕਿ ਨਹੀਂ ਮੀਆਂ ਦੀ ਦਾਲ ਜੇ ਠੀਕ ਹੈ ਇਹ ਮੀਆਂ ਦੀ ਦਾਲ ਇਹ ਬਣ ਗਈ ਇਹ ਕਚੋਲ ਹੋਣਾ ਤੇ ਮਾਰ ਲੈਂਦੇ ਹਾਂ ਹੁਣ ਫਿਰ ਮੈਨੂੰ ਸਮਝ ਨਹੀਂ ਆ ਕੋਈ ਫਿਰ ਹੁਣ ਭੈਣਾਂ ਦੇ ਭਰਾਓ ਅੰਡਰਟੇਕਰ ਦੁੱਧ ਲੈਣ ਚੱਲਾ ਥੋੜ੍ਹੀ ਜਿਹੀ ਨਾ ਗਰਮ ਖਾ ਹੀ ਲਾ ਤੋਲੀਆਂ ਵਾਲ ਹੀ ਲਾ ਮਾੜਾ ਚੰਗਾ ਮੈਨੂੰ ਜੇ ਪਿਆ ਮੈਨੂੰ ਝੱਕਦਾ ਪਿਆ ਮੇਰੇ ਜੇ ਜਾਇਆ ਵਾ ਉਹ ਸ਼ਰਮ ਤਾਂ ਆਉਂਦੀ ਕੋ ਨਹੀਂ ਤੇ ਫਿਰ ਪਿੱਛੇ ਟੈਨਸ਼ਨ ਕਹਾਂ ਜਦ ਸ਼ਰਮ ਹੀ ਨਹੀਂ ਆਉਂਦੀ ਆਹੋ ਦੁੱਧ ਹੀ ਲੈਣਾ ਮੈਂ ਬਗੈਣਾ ਤੂੰ ਇਹ ਵੀ ਹੁਣ ਇਹ ਕਿੱਕਣ ਦੇ ਪੁੱਤਰ ਇਹ ਚੋ ਜਿਹੜੇ ਹੁੰਦੇ ਨੇ ਇੰਡੀਆ ਦੇ ਜਿਹੜਾ ਉਹਨਾਂ ਦਾ ਪਤਾ ਨਹੀਂ ਹਨੂਮਾਨ ਇਹ ਕਿੱਗੇ ਹੁੰਦਾ ਵੀ ਉਹਨਾਂ ਦਾ ਤਾਂ ਬਣੇ ਆ ਉਸ ਉਹਦਾ ਇੰਜੇ ਗੱਲ ਨਹੀਂ ਆਹੋ ਮਾੜੀਆਂ ਚੰਗੀਆਂ ਬਸ 100-200 ਫਿਲਮਾਂ ਵੇਖੀਆਂ ਨੇ ਮੈਂ ਬਾਕੀ ਫਿਲਮਾਂ ਦਾ ਸ਼ੌਕੀਨ ਨਹੀਂ ਮੈਂ ਐਸੇ ਉਹ ਹੀ ਸਹੀ ਗੱਲ ਲੱਗ ਰਿਹਾ ਜੀ ਇਹਨੂੰ ਪਤਾ ਨਹੀਂ ਕੀ ਆਖੀਦੇ ਧਨੁਸ਼ ਕਿ ਪਤਾ ਨਹੀਂ ਕੀ ਇੱਕੋ ਜੀ ਬੱਚੀ ਠੀਕ ਠਾਕ ਮੈਂ ਤੈਨੂੰ ਪਾੜ ਕੇ ਦੱਸ ਦਿਆਂਗਾ ਤੈਨੂੰ ਮੈਂ ਪੁੱਤਰ ਫਨਾ ਕਰ ਦਿਆਂਗਾ ਬੰਦੇ ਦਾ ਪੁੱਤਰ ਬਣ ਦੁੱਧ ਹੁਣ ਲੈਂਦਾ ਇਹ ਹੁਣ ਦੁੱਧ ਲੈ ਕੇ ਜਾ ਕੇ ਚਾਹ ਬਣਾਉਣੀ ਹੈ ਚਾਵਲ ਮੇਰੇ ਕੀ ਗਰਮ ਹੋਏ ਦਾਲ ਮੇਰੀ ਕੀ ਗਰਮ ਹੋਈ ਉਹ ਤੇ ਦੁਬਾਰਾ ਠੰਡੇ ਹੋ ਜਾਣ ਇਹ ਮੈਂ ਸੋਚੀ ਨਹੀਂ ਪਹਿਲੇ ਚਾਹ ਬਣਾਉਣੀ ਜੀ ਹੁਣ ਜਾ ਬਾਅਦ ਜੀ ਮੈਂ ਤੁਹਾਨੂੰ ਦੁਬਾਰਾ ਮੇਰੇ ਕੋਲ ਬਾਰ ਬਾਰ ਨਹੀਂ ਗਰਮ ਹੁੰਦੇ ਇਹ ਕੈਦੀਆਂ ਦੀ ਦਾਲ ਫਿਰ ਠੰਡੀ ਹੋ ਗਈ ਹੈ ਨੈਦਰਲੈਂਡ ਆਏ ਆ ਮੈਂ ਬੜੀ ਠੰਡ ਹੋ ਗਈ ਯਾਰ ਬੜੀ ਠੰਡ ਹੋ ਗਈ ਸ਼ੋਅ ਆਫ ਕਦੇ ਨਹੀਂ ਕੀਤਾ ਚੈਰਿਟੀ ਮੈਂ ਕਰਨ ਲੱਗਾ ਜੀ ਹੁਣ ਹੈਲੋ ਹੈਲੋ ਹੁਣ ਆਪਣੀ ਡਬਲ ਸਵਾਰੀ ਦੇ ਨਾ ਜਾ ਕੇ ਮੈਂ ਫਟਾਫਟ ਨਾ ਅੰਡੇ ਫਾੜ ਲਿਆਵਾਂ ਖੁੱਲੀਆਂ ਗਲੀਆਂ 'ਚ ਚੱਲਨੇ ਆ ਥੋੜੀਆਂ ਗਲੀਆਂ 'ਚ ਜਾਣ ਦਾ ਫਾਇਦਾ ਹੈ ਓਕੇ ਬੜੀ ਹੰਡ ਵੱਜ ਜਾਂਦੀ ਹੈ ਕਿ ਜਿਹੜਾ ਜਿਸ ਟਾਈਮ ਬੰਦਾ ਸਾਰੀਆਂ ਰੱਖੀਆਂ ਜੀ ਠੀਕ ਹੋ ਗਏ ਤੇ ਬੜਾ ਨਿਜ਼ਾਮ ਠੀਕ ਬਣਾਇਆ ਜੀ ਇਹ ਕੰਮ ਇਹਦੇ ਚ ਇੰਨੀ ਮੁਸ਼ਕਤ ਕਦੀ ਲੋੜ ਨਹੀਂ ਹੈ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਮੈਂ ਤੁਹਾਡਾ ਪੱਕਾ ਗਾਹਕ ਆ ਕੇ ਝੂਠ ਬੋਲੋ ਅੱਛਾ ਜੀ ਇਹ ਤੇ ਯਾਰ ਬੜਾ ਮਾਸ਼ਾਅੱਲਾ ਕਹਿ ਲਓ ਇਹ ਤੇ ਬੜਾ ਯਾਰ ਮਾਹੌਲ ਬਣਾਏ ਨੇ ਹੈ ਬਾਹਰਾਂ ਨੇ ਨੰਬਰ
ਬਸ ਮਾੜੀ ਚੰਗੀ ਹੈਲਪ ਵੀ ਕਰੀ ਦੀ ਲੋਕਾਂ ਦੀ ਲੇਕਿਨ ਫਿਰ ਮੈਂ ਵੀਡੀਓ ਨਹੀਂ ਬਣਾ ਕੇ ਝਾੜਦਾ ਮੈਂ ਆਣਾ ਵਾ ਤੁਸੀਂ ਸਮਝ ਲਓ ਤੇ ਇੰਜ ਵਾ ਹੈਲਪ ਕਰਨੇ ਦੀ ਝਾੜ ਛੱਡਦਾ ਲੇਕਿਨ ਫਿਰ ਮੈਂ ਸੋਚਿਆ ਜੋ ਚਪਲਾਂ ਨੇ ਉਹ ਮਾਰ ਕੇ ਜੇ ਝਾੜੀ ਦੀਆਂ ਨੇ ਮੇਰੀ ਇਮੇਜ ਹੈ ਤੁਹਾਡੇ ਨਜ਼ਰਾਂ ਚ ਵਾ ਚਪਲਾਂ ਹੀ ਮਾਰਦਾ ਬਾਹਰ ਇਹ ਨੀ ਗੱਲ ਹੈ ਕਦੇ ਕਦੇ ਮਦਦ ਵੀ ਕਰੀ ਦੀ ਲੋਕਾਂ ਨੇ ਇਸ ਦੁਕਾਨ ਦੇ ਤੇ ਰਸ਼ ਵਾਲਾ ਹੀ ਆ ਜੀ ਆਹ ਫੇਰੀ ਵਾਲੇ ਮੋਟਰਸਾਈਕਲ ਤੇ ਇਹ ਅੰਡੇ ਟੰਗੇ ਜੇ ਮੈਂ ਹੁਣ ਚੱਲਾਂ ਜੇ ਫੇਰੀ ਲਾਉਣ ਆਂਡੇ ਗਰਮਾ ਗਰਮ ਆਂਡੇ ਗਰਮਾ ਗਰਮ ਟੁੱਟ ਗਈ ਪ੍ਰਾਊਡ ਟੂ ਮਾਈ ਸੈਲਫ ਛੜਾ ਵੀ ਲਾ ਰਿਹਾ ਬਾਬਾ ਜਿਹੜਾ ਲਿਫਟ ਲੈ ਗਈ ਉਹਨੂੰ ਵੀ ਲਾ ਰਿਹਾ ਨਹੀਂ ਲਾਇਆ ਹੁਣ ਜਿਹੜਾ ਬਣਾਉਂਦੇ ਹਾਂ ਉਸ ਤੋਂ ਬਾਅਦ ਬਣਾਉਂਦੇ ਹਾਂ ਨਾਣੇ ਤੋਂ ਬਾਅਦ ਇੱਕ ਹੋਰ ਸ਼ੂਗਲ ਉਧਰ ਚੱਲਦੇ ਹਾਂ ਬੂਮ ਅੱਛਾ ਜੀ ਮੈਂ ਜਿਵੇਂ ਤੁਹਾਨੂੰ ਆਖਿਆ ਉਹਨਾਂ ਤਿਆਰ ਹੋ ਕੇ ਇੱਕ ਹੋਰ ਬੁੱਤੀ ਵੀ ਆ ਉਹ ਨਿਪਟਾਉਣੀ ਹੁਣ ਉਹ ਨਿਪਟਾਉਣ ਚੱਲੇ ਹਾਂ ਮਾਰਾ ਚ ਵੀ ਬਣੀ ਹੈ ਅਬਲ ਵਸਦੀ ਵੀ ਆ ਪਈ ਵਾਹ ਜੀ ਵਾਹ ਸੁਭਾਨ ਅੱਲਾਹ ਮਾੜੀ ਮਾੜੀਆਂ ਚੰਗੀਆਂ ਮਾੜੀਆਂ ਚੰਗੀਆਂ ਕਣੀਆਂ ਮੇਰੇ ਬੂਤੀ ਤੇ ਆਈਆਂ ਨੇ ਅਸੀਂ ਤਾਂ ਹਰ ਗੱਡੀ ਤੋਂ ਜਾਣਾ ਕੈਂਟ ਏਰੀਏ ਦੀ ਜਰਾ ਇਹ ਹੀ ਆ ਵੇ ਮੋਜ ਉੱਥੇ ਵੀਡੀਓ ਨਹੀਂ ਬਣਾਉਂਦੇ ਹੁੰਦੇ ਲੇਕਿਨ ਜਿੰਨੀ ਬਣੀ ਜਿਕਨ ਦੀ ਬਣੀ ਕੋਸ਼ਿਸ਼ ਕਰਾਂ ਦਾ ਸਾਰੀ ਨਾ ਬਣਾ ਕੇ ਤੁਹਾਨੂੰ ਵਹਾਉਣ ਦੀ ਕੈਂਸਰ ਫੈਲਾਉਣ ਦੀ ਮੈਂ ਤਾਂ ਬੋਕ ਲਾ ਗਿਆ ਰੇ ਬਾਬਾ ਬ੍ਰੈਡ ਪਾਰਟੀ ਬੋਕ ਲੱਗ ਗਿਆ ਰੇ ਬਾਬਾ ਅੱਲਾਹ ਅਕਬਰ ਅੱਲਾਹ ਹੁਣ ਥੱਲੇ ਇੱਕ ਮੇਰੇ ਨਾਲ ਉਹ ਲੜਾਈ ਆ ਉਹਦੇ ਨਾਲ ਨਾ ਜਾ ਕੇ ਮੁਲਾਕਾਤ ਕਰ ਲਾ ਉਹਨੂੰ ਦੱਸਣਾ ਵਾ ਮੈਂ ਦਫਾਉਣ ਲੱਗਾ ਜਿਮ ਤੇ ਅਸੀਂ ਚੱਲੇ ਬ੍ਰੈਡ ਖਾ ਲਿਆ ਬ੍ਰੈਡ ਖਾ ਕੇ ਜਿਮ ਲਾਣੀ ਹੈ ਬ੍ਰੈਡ ਬਸ ਹਵਾ ਨਿਕਲ ਗਈ ਥੱਲੇ ਹੋਏ ਸ਼ਾਬਾਸ਼ ਥੈਂਕਸ ਹੋਣੀ ਤਾਂ ਕੋਈ ਨਹੀਂ ਚਾਰਜਿੰਗ ਦੀ ਇੰਨੀ ਲੈ 75% ਡੱਬੇ ਦੀਆਂ ਆਨ ਹੋ ਗਈਆਂ ਆਪਣਾ ਵੇ ਨਾ ਫਿੰਗਰ ਪ੍ਰਿੰਟ ਮੇਰਾ ਲਾ ਜਾਂ ਮੇਰਾ ਫਿੰਗਰ ਪ੍ਰਿੰਟ ਲੱਗਿਆ ਵੇ ਤਾਂ ਯਾਦ ਹੁੰਦੀ ਆਹ ਹੋ ਜਾਣਾ ਨਾ ਮੈਂ ਤੇ ਦਫਾ ਹੋ ਜਾਣਾ ਤੂੰ ਜਿਮ ਤੇ ਚੱਲਣਾ ਹੁਣ ਗੱਡੀ ਆਈ ਸਾਨੂੰ ਲੈਣ ਜਾ ਚੱਲੇ ਅਸੀਂ ਦਫਾ ਹੋ ਜਾਈਏ ਤੈਨੂੰ ਵੀ ਤੋੜਨਾ ਟਿਕਟੋਕ ਕੈਂਸਲ ਨਹੀਂ ਬਣਾਉਣਾ ਹੈ ਯੂਟਿਊਬ ਤੇ ਜਾਣਾ ਯੂਟਿਊਬ ਤੇ ਜਾਣਾ ਤੇ ਨਾ ਤੂੰ ਜਾਣ ਨਹੀਂ ਟਿਕਟੋਕ ਤੇ ਤੂੰ ਜਾਣ ਨਹੀਂ ਮੈਂ ਯੂਟਿਊਬ ਤੇ ਜਾਣਾ ਮੈਂ ਆਪਣਾ ਯੂਟਿਊਬ ਤੇ ਜਾਣਾ ਟਿਕਟੋਕ ਤੇ ਜਾਣ ਤੂੰ ਉਹਨੂੰ ਗਾਣਾ ਆ ਜਾਣ ਲੱਖ ਦੀ ਟਿਕਟੋਕ ਉਸੇ ਬਣਾਉਂਦੇ ਹਾਂ ਬੋਤਲ ਬੱਚੀ ਹੋਈ ਤੇ ਮੈਂ ਕਿਹਾ ਕਿਉਂ ਛੱਡਣੀ ਗਾਂਧੀ ਯਾਰ ਸੜਕ ਤੇ ਕਦੇ ਨਾ ਫਲਾਓ ਛੱਡੋ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਪੈਸੇ ਨਾਲ ਜੱਜ ਕਰਦੇ ਸੀਗੇ ਔਕਾਤਾਂ ਨੂੰ ਸ਼ੱਕ ਲਾਉਣੀ ਸੋਹਣਾ ਬਾਈ ਆਖ ਕੇ ਸੀ ਹੱਸਦੇ